ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਵਿਖੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਬਾਈ ਸਰਬਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਡਾ ਆਪਣੇ ਚੈਨਲ ਪਿੰਡੂ ਜ਼ਿਮੀਂਦਾਰ 'ਤੇ ਜੀ ਜਿਹੜਾ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਆਪਣਾ ਸਟੱਡ ਫਾਰਮ ਦੀ ਵੀਡੀਓ ਸ਼ੂਟ ਕਰਨ ਵਾਸਤੇ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜਾ ਇਹ ਸਟੱਡ ਫਾਰਮ ਆ ਜੀ ਇਹਦਾ ਨਾਮ ਦੱਸੋ ਜੀ ਕੀ ਸਟੱਡ ਫਾਰਮ ਦਾ ਨਾਮ ਕੀ ਹੈ ਜੀ ਇਹ ਸਟੱਡ ਫਾਰਮ ਦਾ ਨਾਮ ਜੀ ਪਹਿਲਾਂ ਜਿਹੜਾ ਪਿੱਛੇ ਤੋਂ ਚੱਲਦਾ ਆ ਰਿਹਾ ਉਹ ਔਲਖ ਸਟੱਡ ਫਾਰਮ ਤੋਂ ਚੱਲਦਾ ਆ ਰਿਹਾ ਅੱਛਾ ਜੀ ਔਲਖ ਸਟੱਡ ਫਾਰਮ ਤੋਂ ਬਾਅਦ ਇਹ ਆਪਾਂ ਨੇ ਚੇਂਜ ਕਰਕੇ ਰਾਜ ਸਟੱਡ ਫਾਰਮ ਕਰਤਾ ਸੀ ਅੱਛਾ ਜੀ ਇਹ ਬਾਈ ਫਿਰ ਇਹਦਾ ਕੀ ਕਾਰਨ ਆ ਜੀ ਇਹ ਨਾਂ ਚੇਂਜ ਕਿਉਂ ਕਰਨਾ ਪਿਆ ਜੀ ਤੁਹਾਨੂੰ ਇਹ ਨਾਮ ਚੇਂਜ ਕਰਨ ਦਾ ਇੱਕ ਖਾਸ ਮਕਸਦ ਸੀਗਾ ਇੱਕ ਪਿਆਰ ਸੀਗਾ ਜਿਹਦੇ ਕਰਕੇ ਸਾਨੂੰ ਇਹ ਚੇਂਜ ਕਰਨਾ ਪਿਆ ਸਾਡਾ ਇੱਕ ਵੱਡਾ ਵੀਰ ਸੀਗਾ ਰਾਜ ਦੇ ਨਾਮ ਤੇ ਉਹ ਕਿਸੇ ਕਾਰਨ ਕਰਕੇ ਐਕਸਪਾਇਰ ਹੋ ਗਏ ਸੀ ਪਿੱਛੇ ਜੇ ਉਹਨਾਂ ਦਾ ਘੋੜਿਆਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ ਸੀਗਾ ਠੀਕ ਹੈ ਜੀ ਉਸ ਪ੍ਰੇਮ ਨੂੰ ਦੇਖਦੇ ਹੋਏ ਉਸਦੀ ਯਾਦ ਨੂੰ ਬਰਕਰਾਰ ਰੱਖਦੇ ਹੋਏ ਅਸੀਂ ਇਸ ਸਟੱਡ ਫਾਰਮ ਦਾ ਨਾਂ ਉਹਨਾਂ ਦੇ ਨਾਮ ਤੇ ਰੱਖ ਲਿਆ ਸੀ ਰਾਜ ਸਟੱਡ ਫਾਰਮ ਹੁਣ ਜਿਹੜਾ ਸਾਡਾ ਫਾਰਮ ਹੈ ਇਹ ਰਾਜ ਸਟੱਡ ਫਾਰਮ ਦੇ ਨਾਮ ਤੇ ਅਸੀਂ ਰਨ ਕਰਦੇ ਠੀਕ ਹੈ ਜੀ ਬਾਈ ਤੇ ਬਾਈ ਇਹਦੇ ਵਿੱਚ ਤੁਸੀਂ ਕਿੰਨੇ ਪਾਰਟਨਰ ਕਿੰਨੇ ਹੋ ਜੀ ਇਹ ਅਸੀਂ ਤਿੰਨ ਪਾਰਟਨਰ ਹਾਂ ਜੀ ਤੇ ਤਿੰਨੇ ਇਸ ਨੂੰ ਦੇਖ ਰਹੇ ਹਾਂ ਚਲਾ ਰਹੇ ਹਾਂ ਮਤਲਬ ਜਿੰਨਾ ਕੁ ਟਾਈਮ ਸਾਨੂੰ ਮਿਲਦਾ ਉਸ ਹਿਸਾਬ ਨਾਲ ਅਸੀਂ ਇਹਨਾਂ ਨੂੰ ਪੂਰਾ ਕੰਪਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਜੀ ਤੇ ਬਾਈ ਉਸ ਤੋਂ ਬਾਅਦ ਤੁਸੀਂ ਆਪਣਾ ਦੱਸੋ ਜੀ ਜਿਹੜੇ ਨਾਲ ਆਪਣੇ ਪਾਰਟਨਰ ਨੇ ਬਾਈ ਬੱਬੂ ਚਹਿਲ ਜੀ ਬਾਈ ਜੀ ਤੁਸੀਂ ਦੱਸੋ ਜੀ ਆਪਣਾ ਕਿੱਥੋਂ ਬਿਲੋਂਗ ਕਰਦੇ ਹੋ ਜੀ ਤੁਸੀਂ ਪਿੰਡ ਕਿਹੜਾ ਜੀ ਆਪਣਾ ਪਿੱਛੇ ਦਾ ਪਿੰਡ ਬਾਈ ਜੀ ਮੇਰਾ ਕਾਜਲੀ ਹੈ ਹਾਂਜੀ ਹੁਣ ਫਿਲਹਾਲ ਅਸੀਂ ਸੰਗਰੂਰ ਰਹਿੰਦੇ ਹਾਂ ਠੀਕ ਹੈ ਜੀ ਸ਼ਿਫਟ ਕਰ ਲਿਆ ਸੀ ਠੀਕ ਹੈ ਜੀ ਦੋਸਤੋ ਤੁਹਾਨੂੰ ਦੱਸ ਦਈਏ ਜਿਹੜਾ ਇਹ ਸਟੱਡ ਫਾਰਮ ਆ ਇਹ ਹੈਗਾ ਆਪਣਾ ਰਾਜ ਸਟੱਡ ਫਾਰਮ ਦੇ ਨਾਂ ਤੇ ਆ ਜਿਵੇਂ ਬਾਈ ਜੀ ਨੇ ਦੱਸਿਆ ਤੇ ਇਹ ਆਪਣਾ ਥਾਨਾ ਪਿੰਡੀ ਦੇ ਵਿੱਚ ਪੈ ਜਾਂਦਾ ਜਿਹੜਾ ਇਹਦਾ ਮੇਨ ਐਡਰੈਸ ਹੈ ਜੀ ਤੇ ਜਿਵੇਂ ਡਾਕਟਰ ਸਰਬਜੀਤ ਸਿੰਘ ਜੀ ਨੇ ਇਹਨਾਂ ਦਾ ਪਿੰਡ ਮੰਗਵਾਲ ਆ ਜੀ ਤੇ ਜਿਹੜੇ ਇਹਦੇ ਦੂਸਰੇ ਪਾਰਟਨਰ ਨੇ ਬਾਈ ਬੱਬੂ ਚਹਿਲ ਜੀ ਜੋ ਕਿ ਹੁਣ ਇਸ ਵਕਤ ਸੰਗਰੂਰ ਰਹਿੰਦੇ ਨੇ ਤੇ ਬਾਈ ਦੁੱਲਾ ਜੀ ਜਿਹੜੇ ਜਿਨ੍ਹਾਂ ਦੇ ਅਸੀਂ ਫਾਰਮ ਤੇ ਬੈਠੇ ਹਾਂ ਤੀਜੇ ਪਾਰਟਨਰ ਨੇ ਜਿਹੜੇ ਬਾਈ ਹੋਰ ਉਹ ਸਿਹਤ ਖਰਾਬ ਹੋਣ ਕਾਰਨ ਆਪਣੇ ਇੱਥੇ ਨਹੀਂ ਪਹੁੰਚ ਰਹੇ ਤਾਂ ਕਰਕੇ ਅਸੀਂ ਅੱਗੇ ਦੀ ਜਿਹੜੀ ਗੱਲਬਾਤ ਆ ਬਾਈ ਸਰਬਜੀਤ ਸਿੰਘ ਜੀ ਤੋਂ ਫਾਰਮ ਬਾਰੇ ਪੁੱਛਾਂਗੇ ਬਾਈ ਜੀ ਹੁਣ ਤੁਸੀਂ ਸਾਨੂੰ ਇਹ ਦੱਸੋ ਜਿਹੜਾ ਆਪਣੇ ਫਾਰਮ ਤੇ ਜੀ ਨੌਕਰਾ ਘੋੜਾ ਜੀ ਤੇ ਉਹਦੇ ਬਾਰੇ ਸਾਨੂੰ ਦੱਸੋ ਜੀ ਕੀ ਡਿਟੇਲ ਆ ਜੀ ਉਹਦੀ ਆਪਣੇ ਕੋਲੇ ਜਿਹੜਾ ਨੌਕਰਾ ਘੋੜਾ ਹੈ ਜੀ ਹਾਂਜੀ ਇਹਦੀ ਹਾਈਟ ਹੈ ਜਿਹੜੀ ਇਹ 64 ਪਲੱਸ ਹੈ ਹਾਂਜੀ ਇਹਦਾ ਨਾਮ ਹੈ ਜੀ ਪਵਨ ਅੱਛਾ ਜੀ ਇਹ ਪਵਨ ਘੋੜਾ ਜੀ ਡੋਡ ਵਾਲਾ ਘੋੜਾ ਸੀਗਾ ਇੱਕ ਰਾਜੂ ਹਾਂਜੀ ਇਹ ਰਾਜੂ ਦਾ ਬੱਚਾ ਜੀ ਠੀਕ ਹੈ ਇਸ ਘੋੜੇ ਦੇ ਰਿਜ਼ਲਟ ਨੇ ਜਿਹੜੇ ਆਪਣੇ ਕੋਲੇ ਅੰਦਰ ਵੀ ਫਾਰਮ ਤੇ ਖੜੇ ਨੇ ਮਤਲਬ ਬਹੁਤ ਸੋਹਣੇ ਰਿਜ਼ਲਟ ਆ ਰਹੇ ਨੇ ਇਸ ਘੋੜੇ ਦੇ ਠੀਕ ਹੈ ਜੀ ਇਹਦੀ ਉਮਰ ਆਪਣੀ ਉਮਰ ਇਹਦੀ ਤਕਰੀਬਨ 6 ਸਾਲ ਦੇ ਇੜਗੜ ਹੈਗੀ ਆ ਤੇ 6 ਸਾਲ ਦੇ ਵਿੱਚ ਇਸ ਘੋੜੇ ਨੇ ਮਤਲਬ ਬਹੁਤ ਵਧੀਆ ਰਿਜ਼ਲਟ ਸਾਨੂੰ ਪੈਦਾ ਕਰਕੇ ਦਿੱਤਾ ਠੀਕ ਹੈ ਜੀ ਮੰਨ ਲਓ ਤੁਹਾਡੇ ਕੋਲੇ ਫਾਰਮ ਤੇ ਕਾਫੀ ਪੁਰਾਣਾ ਹੈ ਇਹ ਘੋੜਾ ਹਾਂਜੀ ਇਹ ਬੱਚਾ ਹੀ ਲਿਆਂਦਾ ਸੀ ਜੀ ਅੱਛਾ ਜੀ ਤੇ ਬੱਚਾ ਹੀ ਆਪਾਂ ਨੇ ਤਿਆਰ ਕੀਤਾ ਤੇ ਹੁਣ ਇਹਦੇ ਰਿਜ਼ਲਟ ਨੇ ਜਿਹੜੇ ਬਹੁਤ ਵਧੀਆ ਆ ਰਹੇ ਤੇ ਬਾਈ ਸਰਬਜੀਤ ਸਿੰਘ ਜੀ ਤੁਸੀਂ ਸਾਨੂੰ ਇਹ ਦੱਸੋ ਵੀ ਇਸ ਕਿੱਤੇ ਦੇ ਵਿੱਚ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਇਹ ਘੋੜਿਆਂ ਦਾ ਕੰਮ ਕੀਤੇ ਘੋੜਿਆਂ ਦਾ ਕੰਮ ਤਾਂ ਇਹ ਹੈ ਜੀ ਮਤਲਬ ਤਿੰਨੇ ਹੀ ਜਿਹੜੇ ਅਸੀਂ ਪਾਰਟਨਰ ਹਾਂ ਬਾਈ ਦੁੱਲਾ ਜੀ ਹੋ ਗਏ ਬਾਈ ਬੱਬੂ ਜੀ ਹੋ ਗਏ ਤੇ ਮੈਂ ਬਾਈ ਦੁੱਲਾ ਜੀ ਨੂੰ ਤਾਂ ਪਿੱਛੋਂ ਇਹ ਪਿਛੋਕੜ ਚ ਹੀ ਮਿਲਿਆ ਸੀ ਅੱਛਾ ਜੀ ਉਦੋਂ ਬਾਅਦ ਬਾਈ ਜੀ ਨੂੰ ਹੋ ਗਏ 10-12 ਸਾਲ ਠੀਕ ਹੈ ਬੱਬੂ ਜੀ ਨੂੰ 10-12 ਸਾਲ ਤੋਂ ਇਹ ਕਰ ਰਹੇ ਨੇ ਮੈਂ ਇਸ ਕਿੱਤੇ ਦੇ ਵਿੱਚ ਹਜੇ ਨਵਾਂ ਹੀ ਸੀ ਮਤਲਬ ਐਂ ਮੰਨ ਕੇ ਚਲੋ ਕਿ ਮੈਨੂੰ ਸਿਰਫ 2-3 ਸਾਲ ਹੀ ਹੋਏ ਨੇ ਇਸ ਖੇਤਰ ਦੇ ਵਿੱਚ ਆਏ ਨੂੰ ਘੋੜਿਆਂ ਪ੍ਰਤੀ ਮੇਰਾ ਪ੍ਰੇਮ ਪਹਿਲਾਂ ਤੋਂ ਹੀ ਸੀ ਬਟ ਸਾਥ ਚੰਗਾ ਮਿਲਣ ਕਰਕੇ ਜਾਂ ਗਾਈਡੈਂਸ ਚੰਗੀ ਮਿਲਣ ਕਰਕੇ ਸਾਡਾ ਤਿੰਨੇ ਭਾਈਆਂ ਦਾ ਉਹੀ ਭਾਈਆਂ ਵਾਲਾ ਪ੍ਰੇਮ ਹੋਣ ਕਰਕੇ ਸਾਡਾ ਵਧੀਆ ਸਿਸਟਮ ਇਹ ਚੱਲ ਪਿਆ ਜੀ ਠੀਕ ਹੈ ਜੀ ਤੇ ਇਸ ਵਕਤ ਬਾਈ ਇਹ ਨੁਕਰੇ ਘੋੜੇ ਤੋਂ ਬਿਨਾਂ ਜੀ ਆਪਣੇ ਫਾਰਮ ਤੇ ਹੋਰ ਕਿਹੜੇ ਆਸਟ੍ਰੇਲੀਅਨ ਆ ਜੀ ਕੋਈ ਮਾਰਵਾੜੀ ਹੈਗਾ ਜੀ ਆਪਣੇ ਕੋਲੇ 2 ਘੋੜੇ ਹੋਰ ਹੈਗੇ ਨੇ ਜੀ ਮਾਰਵਾੜੀ ਅੱਛਾ ਜੀ ਉਹ ਇੱਕ ਤਾਂ ਆਪਣੇ ਕੋਲੇ ਹੈਗਾ ਜੀ ਆਲੀਸ਼ਾਨ ਦਾ ਬੱਚਾ ਹਾਂਜੀ ਉਹਦਾ ਨਾਮ ਹੈ ਜੀ ਮੁਸਤਫਾ ਠੀਕ ਹੈ ਜੀ ਇੱਕ ਆਪਣੇ ਕੋਲੇ ਹੈਗਾ ਜੀ ਆਲੀਸ਼ਾਨ ਦਾ ਪੋਤਾ ਉਹ ਰੇਂਜਰ ਘੋੜਾ ਸੀਗਾ ਜੀ ਇੱਕ ਰੇਂਜਰ ਘੋੜੇ ਦਾ ਬੱਚਾ ਜੀ ਅੱਛਾ ਜੀ ਉਹਦਾ ਨਾਮ ਅਸੀਂ ਰੱਖਿਆ ਹੋਇਆ ਬੁੱਗਰ
ਉਹਦੀ ਹਾਈਟ ਤਕਰੀਬਨ 65 ਇੰਚ ਦੇ ਇੜ ਗਿੜ ਹੈਗੀ ਆ ਤੇ ਉਹੀ ਆਪਣਾ ਮੀਟਿੰਗ ਵਾਸਤੇ ਸਟਾਰਟ ਕਰ ਰੱਖਿਆ ਜੀ ਬਿਲਕੁਲ ਜੀ ਮੀਟਿੰਗ ਵਾਸਤੇ ਤਿਆਰ ਹੈ ਉਹਦਾ ਰਿਜ਼ਲਟ ਵੀ ਆਪਣੇ ਕੋਲੇ ਅੰਦਰ ਖੜਾ ਹੈ ਅੱਛਾ ਤੇ ਬਹੁਤ ਸੋਹਣੇ ਰਿਜ਼ਲਟ ਨੇ ਤੇ ਇਦੋਂ ਪਹਿਲਾਂ ਆਪਾਂ 3-4 ਘੋੜੀਆਂ ਤੇ ਉਹ ਹੋਰ ਪਾਇਆ ਉਹਦੇ ਰਿਜ਼ਲਟ ਆ ਚੁੱਕੇ ਨੇ ਬਹੁਤ ਸੋਹਣੇ ਰਿਜ਼ਲਟ ਆਏ ਤੇ ਬਈ ਆਪਣੇ ਫਾਰਮ ਤੇ ਜੇ ਆਪਾਂ ਗੱਲ ਕਰੀਏ ਤੁਸੀਂ ਘੋੜੀਆਂ ਜਿਹੜੀਆਂ ਰੱਖਦੇ ਹੋਗੇ ਇਹ ਨੁਕਰੀਆਂ ਘੋੜੀਆਂ ਨੇ ਜਾਂ ਦੇਖੋ ਜੀ ਨੁਕਰੀਆਂ ਤੇ ਮਾਰਵਾੜੀ ਆਪਣੇ ਕੋਲੇ ਦੋਨੋਂ ਹੀ ਬਰੀਡ ਹੈ ਤੇ ਮੱਝੂ ਕੇ ਲਾਈਨ ਵੀ ਹੈ ਮਤਲਬ ਆਪਾਂ ਨੇ ਤਿੰਨੋਂ ਹੀ ਬਰੀਡਾਂ ਨੂੰ ਚੰਗੀ ਤਰ੍ਹਾਂ ਸਾਂਭ ਕੇ ਰੱਖਿਆ ਠੀਕ ਹੈ ਜੀ ਮਾਰਵਾੜੀ ਜਾਨਵਰ ਵੀ ਆਪਣੇ ਕੋਲੇ ਹੈਗੇ ਨੇ 6-7 ਨੇ ਉਸ ਤੋਂ ਬਾਅਦ ਨੁਕਰੇ ਜਾਨਵਰ ਵੀ ਆਪਣੇ ਕੋਲੇ 6-7 ਨੇ ਤੇ ਨੀਲੇ ਜਾਨਵਰ ਵੀ ਆਪਣੇ ਕੋਲੇ 2-3 ਨੇ ਤੇ ਬਾਈ ਇੱਕ ਆਪਣੇ ਫਾਰਮ ਤੇ ਮੈਂ ਜਿਹੜੀ ਤੁਸੀਂ ਮੱਝੂ ਕੇ ਲਾਈਨ ਦੀ ਗੱਲ ਕੀਤੀ ਹੈ ਜੀ ਉਸ ਬਲੱਡ ਲਾਈਨ ਦੀ ਮੈਂ ਨੀਲੀ ਘੋੜੀ ਦੇਖੀ ਹੈ ਜੀ ਇੱਕ ਉਹਦੇ ਪਿੱਛੇ ਬਸੇਰੀ ਵੀ ਬਹੁਤ ਸੋਹਣੀ ਹੈ ਜੀ ਤੇ ਉਹ ਘੋੜੀ ਬਾਰੇ ਉਹਦੀ ਡਿਟੇਲ ਦਿਓ ਜੀ ਸਾਨੂੰ ਉਹ ਘੋੜੀ ਜੀ ਡਾਇਰੈਕਟ ਐਡਮ ਘੋੜੇ ਦੀ ਬੱਚੀ ਹੈ ਅੱਛਾ ਜੀ ਤੇ ਹੁਣ ਪਿੱਛੇ ਜੇ ਇੱਕ ਮਿਆਲਾ ਘੋੜਾ ਸੀਗਾ ਉਹ ਤੋਂ ਕ੍ਰੋਸ ਕਰਾਈ ਸੀਗੀ ਉਹਦਾ ਰਿਜ਼ਲਟ ਆਇਆ ਜੀ ਪਿੱਛੇ ਬਸੇਰੀ ਹੈ ਬਹੁਤ ਸੋਹਣੀ ਬਸੇਰੀ ਹੈ ਮਤਲਬ ਬਹੁਤ ਬੰਨ ਵਾਲੀ ਬਸ਼ੇਰੀ ਉਹਨੇ ਸਾਨੂੰ ਦਿੱਤੀ ਹੈ ਤੇ ਇਸ ਵਕਤ ਜੀ ਉਹ ਘੋੜੀ ਦੁਬਾਰੇ ਵੀ ਦੁਬਾਰੇ ਮੇਟ ਕਰਾਈ ਹੈ ਜੀ ਤੇ ਉਹ ਪਟਵਾਰੀ ਤੋਂ ਮੇਟ ਕਰਾਈ ਹੈ ਮੱਝੂ ਕੇ ਲੈਣ ਵਾਲਾ ਮੱਝੂ ਕੇ ਲਾਈਨ ਦਾ ਜਿਹੜਾ ਪਟਵਾਰੀ ਘੋੜਾ ਹੈ ਜੀ ਉਹ ਤੋਂ ਮੇਟ ਕਰਾਈ ਹੈ ਠੀਕ ਹੈ ਜੀ ਤੇ ਫਿਲਹਾਲ ਹਜੇ ਚੈੱਕ ਹੋਣੀ ਰਹਿੰਦੀ ਹੈ ਅੱਛਾ ਚੈੱਕ ਕਰਾ ਕੇ ਫਿਰ ਉਦਾਂ ਜ਼ਰੂਰ ਦੇਖਾਂਗੇ ਠੀਕ ਹੈ ਜੀ ਤੇ ਬਈ ਜਿਹੜਾ ਇਹ ਤੁਸੀਂ ਜਾਨਵਰਾਂ ਦੀ ਜਿਹੜੀ ਆਪਾਂ ਜੇ ਹੁਣ ਆਪਾਂ ਅੱਗੇ ਸਾਂਭ ਸੰਭਾਲ ਦੀ ਗੱਲ ਕਰੀਏ ਜੀ ਇੱਦਾਂ ਦਾ ਜਿਹੜਾ ਕੋਈ ਜਿਹੜੀ ਮੇਨਟੇਨੈਂਸ ਆ ਜੀ ਸਾਂਭ ਸੰਭਾਲ ਆ ਇਹਨਾਂ ਵਾਸਤੇ ਤੁਸੀਂ ਜਿਹੜਾ ਮੇਨ ਆਪਾਂ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਤੁਸੀਂ ਇਹਨਾਂ ਨੂੰ ਘੋੜਿਆਂ ਨੂੰ ਖੁਰਾਕ ਦੇ ਵਿੱਚ ਕੀ ਦਿੰਦੇ ਹੋ ਜੀ ਖੁਰਾਕ ਦੇ ਵਿੱਚ ਦੇਖੋ ਜੀ ਪਹਿਲਾਂ ਤਾਂ ਸਟਾਰਟਿੰਗ ਤੋਂ ਅਸੀਂ ਆਪਣੀ ਤਿਆਰ ਕਰਕੇ ਫੀਡ ਇਹਨਾਂ ਨੂੰ ਦੇ ਰਹੇ ਸੀ ਬਟ ਹੁਣ ਸਾਨੂੰ ਇੱਕ ਅਸ਼ਵ ਫੀਡ ਆਈ ਹੈ ਉਹਦੇ ਰਿਜ਼ਲਟ ਬਹੁਤ ਵਧੀਆ ਮਿਲੇ ਨੇ ਅੱਛਾ ਮਤਲਬ ਸਾਨੂੰ ਇਸ ਚੀਜ਼ ਦਾ ਇਹ ਫਰਕ ਨਹੀਂ ਲੱਗਿਆ ਕਿ ਅਸ਼ਵ ਫੀਡ ਪਾਉਣ ਨਾਲ ਸਾਡੇ ਜਾਨਵਰਾਂ ਨੂੰ ਕੋਈ 19-21 ਦਾ ਵੀ ਫਰਕ ਪਿਆ ਹੋਵੇ ਜੋ ਫੀਡ ਅਸੀਂ ਖੁਦ ਤਿਆਰ ਕਰਕੇ ਦੇ ਰਹੇ ਸੀਗੇ ਕਿਉਂਕਿ ਥੋੜੀਆਂ ਥੋੜਾ ਸਮਾਨ ਇਕੱਠਾ ਕਰਨਾ ਬਹੁਤ ਔਖਾ ਸੀਗਾ ਜਦੋਂ ਦੀ ਹੁਣ ਇਹ ਅਸ਼ਵ ਫੀਡ ਆਈ ਹੈ ਉਦੋਂ ਦਾ ਸਾਨੂੰ ਹੋਰ ਵੀ ਸੌਖਾ ਹੋ ਗਿਆ ਔਰ ਦੂਸਰੀ ਗੱਲ ਜੇ ਆਪਾਂ ਗੱਲ ਕਰੀਏ ਤਾਂ ਉਹ ਚੀਜ਼ ਨਾਲ ਇਹ ਸਸਤਾ ਵੀ ਹੋ ਗਿਆ ਅੱਛਾ ਜੀ ਤੁਹਾਡੇ ਕਹਿਣ ਦਾ ਮਤਲਬ ਵੀ ਜਿਹੜੀ ਤੁਸੀਂ ਖੁਰਾਕ ਕੁਦਰਤੀ ਖੁਰਾਕ ਪਹਿਲਾਂ ਦੇ ਰਹੇ ਸੀ ਆਪਣੇ ਜਾਨਵਰਾਂ ਨੂੰ ਜੀ ਹਾਂਜੀ ਵੀ ਇਹਦੇ ਚ ਸਾਰਾ ਕੁਝ ਉਹ ਮਿਕਸ ਹੀ ਹੈ ਜੀ ਮਿਕਸ ਹੈ ਜੀ ਇਹ ਫੀਡ ਮਤਲਬ ਸਾਨੂੰ ਉਹ ਫੀਡ ਬੰਦ ਕਰਨ ਤੋਂ ਬਾਅਦ ਕਈ ਵਾਰ ਜਾਨਵਰ ਹੁੰਦਾ ਆਪਾਂ ਫੀਡ ਚੇਂਜ ਕਰਦੇ ਹਾਂ ਕੋਈ ਨਾ ਕੋਈ ਪ੍ਰੋਬਲਮ ਕੋਈ ਨਾ ਕੋਈ ਦਿੱਕਤ ਖੜੀ ਹੋ ਜਾਂਦੀ ਹੈ ਬਟ ਆਪਾਂ ਨੇ ਜਦੋਂ ਇਹ ਫੀਡ ਸਟਾਰਟ ਕੀਤੀ ਸਾਨੂੰ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਮਿਲਿਆ ਅੱਛਾ ਮਤਲਬ ਜਿੱਥੇ ਜਾਨਵਰ ਸਾਡੇ ਹੈਗੇ ਸੀ ਐਜ਼ ਇਟ ਇਜ਼ ਉਦੋਂ ਗਰੋਥ ਕਰਨੀ ਉਹਨਾਂ ਨੇ ਸ਼ੁਰੂ ਕਰਤੀ ਅੱਛਾ ਇਹ ਜਿਹੜੀ ਫੀਡ ਦੀ ਤੁਸੀਂ ਗੱਲ ਕਰਦੇ ਹੋ ਅਸ਼ਵ ਫੀਡ ਇਹ ਮੰਨ ਲਓ ਇਹਦਾ ਮੇਨ ਫੈਕਟਰੀ ਕਿੱਥੇ ਹੈ ਜੀ ਇਸ ਫੀਡ ਦੀ ਇਹ ਮੇਨ ਫੈਕਟਰੀ ਇਹਦੀ ਦੁਰਾਹੇ ਹੈ ਜੀ ਅੱਛਾ ਤੇ ਦੁਰਾਹੇ ਨਹਿਰ ਦੇ ਕੋਲੇ ਕਿਤੇ ਫੈਕਟਰੀ ਹੈ ਉੱਥੋਂ ਇਹ ਆਪਣੇ ਕੋਲੇ ਆਉਂਦੀ ਹੈ ਅੱਛਾ ਤੇ ਆਪਾਂ ਨੇ ਮਾਨਾ ਪਿੰਡੀ ਵਿੱਚ ਇਹਦਾ ਸਟਾਕ ਵੀ ਰੱਖਿਆ ਮਤਲਬ ਹਾਂ ਉਹ ਵੇਚਣ ਵਾਸਤੇ ਵੀ ਆਪਾਂ ਇੱਥੇ ਲੈ ਆਏ ਤਾਂ ਕਿ ਜਿਹੜੇ ਆਲੇ ਦੁਆਲੇ ਦੇ ਫਾਰਮਰ ਨੇ ਉਹਨਾਂ ਨੂੰ ਸੌਖਾ ਹੋ ਜੇ ਦੇਖੋ ਇੱਕ ਬੰਦੇ ਨੂੰ ਉੱਥੇ ਜਾ ਕੇ ਲੈ ਕੇ ਆਣੀ ਜਾਂ ਉਹਨਾਂ ਨੂੰ ਅਪਰੋਚ ਕਰਨਾ ਬਹੁਤ ਔਖਾ ਹੋ ਜਾਂਦਾ ਪਰ ਜੇ ਦੇਖਿਆ ਜਾਵੇ ਤਾਂ ਇੱਥੇ ਲਵੇ ਆਉਣ ਕਰਕੇ ਆਪਣੇ ਕੋਲੇ ਜਿੰਨੇ ਘੋੜਾ ਪਾਲਕ ਹੈਗੇ ਨੇ ਉਹ ਲਵੋ ਆਪਣੇ ਉਹ ਇੱਥੋਂ ਫੀਡ ਲੈ ਜਾਂਦੇ ਨੇ ਤੇ ਆਪਣੇ ਘੋੜਿਆਂ ਨੂੰ ਸਟਾਰਟ ਕਰਦੇ ਤੇ ਬਈ ਤੁਹਾਡੇ ਕਹਿਣ ਦਾ ਮਤਲਬ ਜੇ ਕੋਈ ਘੋੜਾ ਪਾਲਕ ਚਾਹੁੰਦਾ ਜੀ ਤਾਂ ਤੁਸੀਂ ਉਹਨੂੰ ਫੀਡ ਇੱਥੋਂ ਦੇ ਸਕਦੇ ਹੋ ਆਪਣੇ ਹਾਂਜੀ ਹਾਂਜੀ ਆਪਾਂ ਨੇ ਐਕਸਟਰਾ ਸਟਾਕ ਲਿਆ ਕੇ ਰੱਖਿਆ ਹੋਇਆ ਤੇ ਉਹ ਸਟਾਕ ਇਹ ਹੈ ਵੀ ਜਦੋਂ ਕੋਈ ਕਿਸੇ ਨੂੰ ਲੋੜ ਹੁੰਦੀ ਹੈ ਤਾਂ ਉਹ ਆਪਣੀ ਲੋੜ ਮੁਤਾਬਕ ਜਿੰਨਾ ਉਹਨੂੰ ਸਟਾਕ ਚਾਹੀਦਾ ਉਹ ਲਿਜਾ ਸਕਦਾ ਠੀਕ ਹੈ ਜੀ ਤੇ ਬਾਈ ਜੀ ਸਰਬਜੀਤ ਜੀ ਤੁਸੀਂ ਆਪਣਾ ਇੱਕ ਵਾਰ ਨਾ ਨੰਬਰ ਦੱਸ ਦਿਓ ਜੀ ਜੇ ਕਿਸੇ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਆਪਣੇ ਘੋੜਿਆਂ ਬਾਰੇ ਹੈ ਨਾ ਜਾਂ ਫੀਡ ਕੋਈ ਲੈਣਾ ਚਾਹੁੰਦਾ ਜਿਹੜਾ ਵੀ ਆਪਣੇ ਇਸ ਵੀਡੀਓ ਨੂੰ ਦੇਖ ਰਿਹਾ ਹੋਵੇ ਤੁਸੀਂ ਆਪਣਾ ਨੰਬਰ ਇੱਕ ਵਾਰ ਜ਼ਰੂਰ ਆਪਣਾ ਮੈਂਸ਼ਨ ਕਰ ਦਿਓ ਹਾਂਜੀ ਮੇਰਾ ਨੰਬਰ ਹੈ ਜੀ 78-371-71-308 ਸਰਬਜੀਤ ਮੇਰਾ ਨਾਮ ਹੈ ਜੀ ਤੇ ਅਗਰ ਕਿਸੇ ਨੂੰ ਫੀਡ ਦੀ ਲੋੜ ਹੈ ਜਾਂ ਕੋਈ ਸਲਾਹ ਚਾਹੀਦੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਬੰਦਾ ਅਪਰੋਚ ਕਰਨਾ ਚਾਹੁੰਦਾ ਤਾਂ ਮੋਸਟ ਵੈਲਕਮ ਹੈ ਜੀ ਦੋਸਤੋ ਹੁਣ ਅਸੀਂ ਗੱਲਬਾਤ ਕਰਦੇ ਹਾਂ ਬਾਈ ਬੱਬੂ ਚਹਿਲ ਨਾਲ ਬਾਈ ਬੱਬੂ ਜੀ ਤੁਸੀਂ ਇਹ ਦੱਸੋ ਵੀ ਤੁਹਾਨੂੰ ਜਿਹੜਾ ਇਹ ਸ਼ੌਂਕ ਆ ਘੋੜਿਆਂ ਦਾ ਇਹ ਕਦੋਂ ਤੋਂ ਪਿਆ ਬਾਈ ਹਾਂਜੀ ਬਾਈ ਮੈਨੂੰ
ਬਚਪਨ ਤੋਂ ਹੀ ਸ਼ੌਕ ਹੈ। ਸ਼ੁਰੂ ਤੋਂ ਹੀ ਲਵੇ ਆਪਣੇ ਪਿੰਡਾਂ 'ਚ ਘੋੜੀਆਂ ਰੱਖੀਆਂ ਹੋਈਆਂ ਸੀ, ਉਹਨਾਂ ਨੂੰ ਦੇਖਦੇ ਕਰਦੇ, ਸਕੂਲੇ ਜਾਂਦੇ ਕਰਦੇ ਦੇਖਦੇ, ਉਹ ਮੈਨੂੰ ਵੀ ਸ਼ੌਕ ਲੱਗ ਗਿਆ। ਜਦੋਂ ਰੱਖਣ ਜੋਗੇ ਹੋਏ ਫਿਰ ਘਰਦਿਆਂ ਨੇ ਲੈ ਕੇ ਦੇ ਦਿੱਤੀ ਘੋੜੀ। ਉਦੋਂ ਬਾਅਦ ਬਾਈ ਦੁੱਲੇ ਨਾਲ ਸਾਡੀ ਮੁਲਾਕਾਤ ਹੋਈ, ਫਿਰ ਜਾਨਵਰ ਉਹ ਜੇ ਉਹ ਹਿਸਾਬ ਨਾਲ ਸੀ ਲੋਕ ਵਧਾਉਣੇ। ਅੱਛਾ ਜੀ। ਅੱਜ ਫਿਰ ਧਰਮ ਦੇ ਰੂਪ 'ਚ ਸਾਡਾ ਕੰਮ ਚੱਲ ਪਿਆ। ਠੀਕ ਹੈ ਜੀ। ਅਤੇ ਬਾਈ ਜਿਹੜਾ ਜੇ ਆਪਾਂ ਗੱਲ ਕਰੀਏ ਵੀ ਜਿਹੜਾ ਇਹ ਸ਼ੌਂਕ ਆ, ਤੁਸੀਂ ਇਹਨੂੰ ਸ਼ੌਂਕ ਦੇ ਤੌਰ 'ਤੇ ਜ਼ਿਆਦਾ ਮੰਨਦੇ ਹੋ ਜਾਂ ਬਾਈ ਇਹ ਕੋਈ ਕਿੱਤੇ ਦੇ ਤੌਰ 'ਤੇ ਵੀ ਆਪਾਂ ਇਸ ਚੀਜ਼ ਨੂੰ ਕਹਿ ਸਕਦੇ ਹਾਂ ਵੀ ਹਾਂ ਯਾਰ ਇਹਦੇ 'ਚ ਕੋਈ ਬੈਨੀਫਿਟ ਹੈਗਾ ਘੋੜਿਆਂ 'ਚ, ਜਾਂ ਕਿੱਦਾਂ ਤੁਸੀਂ ਇਹਨੂੰ ਦੇਖਦੇ ਹੋ ਬਾਈ? ਸਭ ਤੋਂ ਪਹਿਲਾਂ ਤਾਂ ਬਾਈ ਜਿਹੜਾ ਸ਼ੌਂਕ ਦੇ ਨਾਲ ਆਪਾਂ ਸਟਾਰਟ ਕਰਾਂਗੇ ਉਹੀ ਇਹਨੂੰ ਕਿੱਤਾ ਬਣਾ ਸਕਦੇ। ਠੀਕ ਹੈ ਜੀ। ਜੇ ਆਪਾਂ ਕਹੀਏ ਪਹਿਲਾਂ ਹੀ ਇਹ ਕਿੱਤੇ ਤੋਂ ਸਟਾਰਟ ਕੀਤਾ ਜਾਂਦਾ, ਉਹ ਨਹੀਂ, ਇਹ ਸ਼ੌਕ ਤੋਂ ਹੀ ਸਟਾਰਟ ਹੋ ਕੇ ਕਿੱਤਾ ਬਣਦਾ, ਉਹ ਜ਼ਿਆਦਾ ਚੰਗਾ ਵੀ ਰਹਿੰਦਾ, ਨਾਲੇ ਬੰਦੇ ਨੂੰ ਐਕਸਪੀਰੀਅੰਸ ਫੇਰ ਹੀ ਹੁੰਦਾ ਜੇ ਸ਼ੌਕ। ਠੀਕ ਹੈ ਜੀ। ਉਹਦੇ ਐਕਸਪੀਰੀਅੰਸ ਨਾਲ ਹੀ ਕੰਮ ਨੇ ਚੱਲਣਾ। ਹਾਂਜੀ। ਅਤੇ ਬਾਈ ਡਾਕਟਰ ਸਰਬਜੀਤ ਜੀ, ਜਿੱਦਾਂ ਸਾਨੂੰ ਬਾਈ ਪਤਾ ਲੱਗਿਆ ਸੀਗਾ ਜੀ ਅਤੇ ਤੁਹਾਨੂੰ ਆਪਣਾ ਇਸ ਕਿੱਤੇ ਤੋਂ ਪਹਿਲਾਂ ਤੁਸੀਂ ਐਜ ਏ ਇੱਕ ਡਾਕਟਰ ਦੇ ਤੌਰ 'ਤੇ ਵੀ ਕੰਮ ਕਰ ਰਹੇ ਹੋ, ਵੈਟਰਨਰੀ ਡਾਕਟਰ ਦੇ ਤੌਰ 'ਤੇ, ਅਤੇ ਤੁਸੀਂ ਜਿਹੜੇ ਆਪਣੇ ਇਸ ਚੀਜ਼ ਤੋਂ, ਜੇ ਆਪਾਂ ਜਿਹੜੇ ਆਪਣੇ ਕੋਈ ਵੀ ਘੋੜਿਆਂ ਤੋਂ ਇਲਾਵਾ ਹੋਰ ਆਪਣੇ ਪਸ਼ੂ ਪਾਲਕ ਵੀਰ ਨੇ, ਉਹਨਾਂ ਨੂੰ ਤੁਸੀਂ ਬਾਈ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਜਾਨਵਰਾਂ ਬਾਰੇ, ਉਹ ਆਲ ਓਵਰ ਜੇ ਆਪਾਂ ਸਾਰੇ ਜਾਨਵਰਾਂ ਦੀ ਗੱਲ ਕਰੀਏ, ਉਹਨਾਂ ਦੀ ਸਾਂਭ ਸੰਭਾਲ ਬਾਰੇ, ਜਾਂ ਵੀ ਉਹ ਇਸ ਚੀਜ਼ 'ਚੋਂ ਕਿਵੇਂ ਬੈਨੀਫਿਟ ਲੈ ਸਕਦੇ ਆ? ਠੀਕ ਹੈ। ਮੱਝਾਂ ਗਾਵਾਂ ਦੀ ਆਪਾਂ ਜੇਕਰ ਗੱਲ ਕਰੀਏ, ਦੇਖੋ ਗੱਲ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੀ, ਜੇ ਆਪਾਂ ਗੱਲ ਕਰਦੇ ਹਾਂ ਕੋਈ ਵੀ ਆਪਾਂ ਪਸ਼ੂ ਰੱਖਦੇ ਹਾਂ, ਹਾਂਜੀ, ਆਪਣੇ ਲੋਕ ਕੀ ਕਰਦੇ ਨੇ, ਆਪਣੇ ਲੋਕਾਂ ਕੋਲ ਨਾ ਟਾਈਮ ਨਹੀਂ ਹੈ, ਔਰ ਜਾਨਵਰ ਕੋਈ ਵੀ ਹੈ ਉਹ ਆਪਣੇ ਵਾਸਤੇ ਟਾਈਮ ਭਾਲਦਾ। ਠੀਕ ਹੈ। ਆਪਣੇ ਪਿੰਡਾਂ 'ਚ ਆਮ ਕਰਕੇ ਕੀ ਹੋ ਰਿਹਾ, ਮਾੜਾ ਮੋਟਾ ਕੋਈ ਢਿੱਲ ਮੱਠ ਹੋਈ ਤਾਂ ਆਪ ਹੀ ਕਿਸੇ ਨੂੰ ਮਾੜਾ ਮੋਟਾ ਗੱਲਬਾਤ ਕਰਕੇ ਫਲਾਨਾ ਟੀਕਾ ਲਾ ਦਿਓ। ਹਾਂਜੀ। ਠੀਕ ਹੈ। ਉਹ ਟੀਕੇ ਲਾਉਂਦੇ 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 ਅੱਜ ਇੱਥੋਂ ਤੱਕ ਪਹੁੰਚ ਗਏ ਕਿ ਉਹ ਡਾਕਟਰ ਦੀ ਲੋੜ ਨੂੰ ਖਤਮ ਕਰਦੇ ਜਾਂਦੇ ਨੇ। ਬਟ ਉਹ ਚੀਜ਼ ਹੈ ਜਿਹੜੀ ਬਿਲਕੁਲ ਹੀ ਗਲਤ ਹੈ। ਉਹ ਪੁਰਾਣੀ ਕਹਾਵਤ ਹੁੰਦੀ ਸੀ, ਕਹਿੰਦੇ ਨੀਮ ਹਕੀਮ ਖਤਰਾ ਜਾਨ। ਉਹ ਗੱਲ ਕੀ ਹੁੰਦੀ ਸੀਗੀ ਵੀ ਜਦੋਂ ਆਪਾਂ ਕਿਸੇ ਚੀਜ਼ ਦਾ ਪ੍ਰੋਪਰ ਡਾਇਗਨੋਜ਼ ਕਰੇ ਬਿਨਾ ਉਹਨੂੰ ਟ੍ਰੀਟਮੈਂਟ ਦਿੰਦੇ ਹਾਂ, ਉਹ ਅੱਜ ਆਪਾਂ ਨੂੰ ਫਾਇਦਾ ਦੇ ਦੂਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਤੇ ਨਾ ਕਿਤੇ ਉਸ ਪਸ਼ੂ ਨੂੰ ਖਰਾਬ ਕਰ ਰਿਹਾ ਹੁੰਦਾ। ਚਾਹੇ ਉਹ ਬੁਖਾਰ ਦੀ ਗੱਲ ਕਰੀਏ, ਚਾਹੇ ਉਹ ਗੱਭਣ ਰਹਿਣ ਦੀ ਗੱਲ ਕਰੀਏ, ਚਾਹੇ ਉਹ ਸੂਣ ਸਵਾਉਣ ਦੀ ਗੱਲ ਕਰੀਏ। ਠੀਕ ਹੈ ਜੀ। ਮੇਰਾ ਮੈਸੇਜ ਇਹੀ ਹੈ ਵੀ ਭਾਈ ਕੋਈ ਵੀ ਫਾਰਮਰ ਹੈ ਤਾਂ ਆਪਦੇ ਆਪ ਟ੍ਰੀਟਮੈਂਟ ਕਰਨ ਦੀ ਬਜਾਏ ਕਿਸੇ ਨੇੜਲੇ ਡਾਕਟਰ ਨਾਲ ਕੰਸਰਨ ਕਰਨ। ਦੋਸਤੋ, ਇਹ ਸਨ ਡਾਕਟਰ ਸਰਬਜੀਤ ਜੀ ਅਤੇ ਬਾਈ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਅਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਜਿਹੜਾ ਤੁਸੀਂ ਸਾਡੇ ਚੈਨਲ ਦੇ ਲਈ ਸਮਾਂ ਕੱਢਿਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ।